ਸਰਪੰਚੀ ਚੋਣਾਂ ਤੋਂ 3 ਮਹੀਨੇ ਪਹਿਲਾਂ ਹੀ ਹੋਇਆ ਪਿੰਡਾਂ ਦੇ ਵਿੱਚ ਮਾਹੌਲ ਗਰਮ। ਰਾਜਪੁਰਾ ਦੇ ਨਾਲ ਲੱਗਦੇ ਪਿੰਡ ਸੂਰੋ ਦੇ ਵਿੱਚ ਗਲੀਆਂ ਦੇ ਵਿੱਚ ਸਰਪੰਚ ਅਤੇ ਕਾਂਗਰਸੀ ਪਾਰਟੀ ਦੇ ਵਰਕਰਾਂ ਦੇ ਵਿੱਚ ਮਾਮੂਲੀ ਤਕਰਾਰ ਕਾਰਨ ਹੋਇਆ ਇੱਕ ਵੱਡਾ ਝਗੜਾ, ਜਿਸ ਕਾਰਨ ਦੋਵੇਂ ਤਰ੍ਹਾਂ ਦੇ ਸਪੋਰਟਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਦੇ ਲਈ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਗੁਰਬਖਸ਼ ਸਿੰਘ ਸਰਪੰਚ ਸੂਰੋ ਨੇ ਦੱਸਿਆ ਕਿ ਉਹ ਪਿੰਡਾਂ ਦੀਆਂ ਗਲੀਆਂ ਨਾਲੀਆਂ ਪੱਕੀਆਂ ਕਰਵਾ ਰਹੇ ਸੀ ਤਾਂ ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਆ ਕੇ ਸਾਡਾ ਕੰਮ ਰੁਕਵਾ ਦਿੱਤਾ। ਜਦਕਿ ਦੂਜੇ ਪਾਸੇ ਕਾਂਗਰਸੀ ਨੌਜਵਾਨ ਨੇਤਾ ਡਿੰਪਲ ਸੂਰੋ ਨੇ ਮੀਡੀਆ ਨੂੰ ਸਿਵਲ ਹਸਪਤਾਲ ਰਾਜਪੁਰਾ ਦੇ ਵਿੱਚ ਦੱਸਿਆ ਕਿ ਉਹਨਾਂ ਦੇ ਪਿਤਾ ਦੀ ਅਕਾਲੀ ਵਰਕਰਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ ਅਤੇ ਇਹ ਇੱਕ ਬਹੁਤ ਹੀ ਘਟੀਆ ਅਤੇ ਹੋਛੀ ਕਾਰਵਾਈ ਹੈ ਅਤੇ ਆਉਣ ਵਾਲੀ ਸਰਪੰਚੀ ਚੋਣਾਂ ਦੇ ਵਿੱਚ ਪੱਕੀ ਜਿੱਤ ਨੂੰ ਵੇਖ ਕੇ ਬੁਖਲਾਹਟ ਦੇ ਵਿੱਚ ਅਕਾਲੀ ਸਰਪੰਚ ਅਤੇ ਉਸਦੇ ਗੁੰਡਿਆਂ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਰਾਜਪੁਰਾ ਤੋਂ ਕੈਮਰਾਮੈਨ ਅਭਿਸ਼ੇਕ ਸੂਦ ਦੇ ਨਾਲ ਭਾਰਤ ਸੂਦ, ਆਜ਼ਾਦ ਟੀਵੀ ਨਿਊਜ਼। ਮੈਂ ਦਿੱਤੀ ਕੰਮ ਚੱਲ ਰਿਹਾ ਕਈਆਂ ਦਾ, ਮਿਸਿਸ ਮੇਰੇ ਕੰਮ ਕਰਵਾ ਰਹੇ ਨੇ, ਮੈਨੂੰ ਜਾਣਾ ਪੈਂਦਾ, ਮੈਂ ਪਿੰਡ ਗਿਆ, ਗਲੀ ਦਾ ਕੰਮ ਚੱਲ ਰਿਹਾ ਗੁਰਦੁਆਰਾ ਸਾਹਿਬ ਵਾਲੀ ਦਾ। ਉੱਥੋਂ ਜਿਹਨਾਂ ਨੂੰ ਫੋਨ ਆਇਆ ਵੀ ਉੱਥੇ 25-30 ਬੰਦੇ ਕੋਈ ਹੋਰ ਲਾਏ ਨੇ ਨਰੇਗਾ ਦੇ, ਸਾਡੇ ਤੋਂ ਅਲੱਗ, ਅਸੀਂ ਜਾ ਕੇ ਪੁੱਛਿਆ ਵੀ ਤੁਹਾਨੂੰ ਕਿਹਨੇ ਲਾਇਆ, ਉਹ ਕਹਿੰਦੇ ਨੇ ਸਾਨੂੰ ਟਿੰਪਲ ਨੇ ਲਾਇਆ। ਮੈਂ ਕਿਹਾ ਵੀ ਸਾਡੀ ਨੌਜ ਵਿੱਚ ਹੈ ਨਹੀਂ 25-30 ਬੰਦੇ, ਕਰ ਸੈਕਟਰੀ ਆਇਆ ਸੀ ਵੀ ਉਹ ਕਹਿ ਗਿਆ ਵੀ ਆਪਾਂ ਇੰਨੇ ਬੰਦੇ ਨਹੀਂ ਲਾਉਣੇ, ਉਹਨੇ ਹੈ ਨਹੀਂ ਕੀਤੀ, ਖੈ ਨਹੀਂ ਕੀਤੀ, ਮੇਰੇ ਗਲ ਪੈ ਗਿਆ ਜੀ। ਮੈਨੂੰ ਉਹਨੇ ਡਾਂਗਾ ਸੁੱਟਿਆ, ਉਹਨਾਂ 5-4 ਮੁੰਡੇ ਸੀ ਉਹਦੇ ਨਾਲ, ਉਹਨਾਂ ਨੇ ਕੁੱਟਿਆ ਮਾਰਿਆ, ਡਾਂਗਾ ਸੁੱਟੇ ਮਾਰੇ ਨੇ, ਕਿਰਕਾ ਨਾਲ ਮੇਰੇ 'ਤੇ ਮਾਰ ਕੀਤਾ। ਮੈਂ ਤਾਂ ਪਿੱਛੋਂ ਤਾਂ ਕਹਿ ਆਇਆ ਵੀ ਜਾਣ ਨਹੀਂ ਦੇਣਾ, ਦਲਖਾਰਾ ਮਾਰਿਆ ਨੇ ਜਦਪਾਲ ਨੇ, ਕਹਿੰਦੇ ਜਾਣ ਨਹੀਂ ਦੇਣਾ ਜਾਨੂੰ ਮਾਰ ਦਿੰਦਾ। ਮੈਂ ਤਾਂ ਦੌੜ ਕੇ ਆਪਣੀ ਜਾਨ ਛਡਾ ਕੇ ਉੱਥੇ ਜਿੰਨੀ ਜਨਤਾ ਬੈਠੀ ਮੈਨੂੰ ਕਹਿੰਦੇ ਭੱਜ ਜਾ ਕੇ, ਮੈਂ ਲੋਕਾਂ ਦੇ ਘਰਾਂ 'ਚ ਵੜ ਕੇ ਅਤੇ ਆਪਣੀ ਜਾਨ। ਦੋਨਾਂ ਨੇ ਲਾ ਕੇ ਕੰਮ ਸ਼ੁਰੂ ਕਰਾਇਆ, ਉੱਥੇ ਆ ਕੇ ਜਦੋਂ ਸਰਪੰਚ ਨੇ ਆ ਕੇ ਉਹਨਾਂ ਨੂੰ ਰੋਕਦਾ, ਉੱਥੇ ਵੀ ਤੁਸੀਂ ਕੰਮ ਨਹੀਂ ਕਰਨਾ, ਹੱਥ ਵੀ ਉਹ ਜਿਹੜਾ ਕੰਮ ਮੈਂ ਕਹਾਂ ਤੁਸੀਂ ਉਹੀ ਕਰਨਾ, ਉਹਨੇ ਆ ਕੇ ਉਹਨਾਂ ਨੂੰ ਰੋਕਿਆ। ਅਸੀਂ ਉੱਥੇ ਆਏ, ਸਾਡੇ ਫਾਦਰ ਸਾਹਿਬ ਜਦੋਂ ਇਹਨਾਂ ਦਾ ਰੌਲਾ ਪਿਆ, ਮੈਨੂੰ ਇਹ ਕਮਲ ਸਿੰਘ ਨੇ ਫੋਨ ਕਰਿਆ ਕਿ ਇੱਥੇ ਰੌਲਾ ਪੈ ਰਿਹਾ, ਮੇਰੇ ਫਾਦਰ ਸਾਹਿਬ ਉੱਥੇ ਗਏ। ਜਦੋਂ ਮੇਰੇ ਫਾਦਰ ਸਾਹਿਬ ਉੱਥੇ ਗਏ ਤਾਂ ਉਹ ਸਾਰੇ ਬੰਦੇ ਸਰਪੰਚ ਸੀ, 5-10 ਬੰਦੇ ਨਾਲ ਹੋਰ ਸਰਪੰਚ ਸੀ, ਪਵਿੱਤਰ ਸੀ, 3-4 ਬੰਦੇ ਹੋਰ ਸੀ ਨਾਲ ਇਹਨਾਂ ਦੇ। ਇਹਨਾਂ ਬੰਦਿਆਂ ਨੇ ਮੇਰੇ ਫਾਦਰ ਸਾਹਿਬ ਦੇ ਗਲ ਪੈ ਗਏ, ਇਹਨਾਂ ਨੂੰ ਕੁੱਟਮਾਰ ਕਰੀ। ਅਸੀਂ ਤਾਂ ਜਦੋਂ ਇਹਨਾਂ ਦਾ ਝਗੜਾ ਹੋ ਗਿਆ ਫਿਰ ਅਸੀਂ ਬਾਅਦ 'ਚ ਅਸੀਂ ਫਾਦਰ ਸਾਹਿਬ ਨੂੰ ਜਾਣ ਲਈ ਗਏ ਹਾਂ। ਸਾਡੀ ਸਗੋਂ ਸਰਕਾਰ ਨੇ, ਸਾਡੇ ਐਮ ਐਲ ਸਾਹਿਬ ਨੇ ਸਰਕਾਰ ਨੂੰ ਪਿੱਛੇ ਸਾਨੂੰ 12 ਲੱਖ ਰੁਪਏ ਚੈੱਕ ਦਿੱਤਾ ਸੀ ਜਿਹੜਾ ਅਸੀਂ ਪਿੰਡ ਦੇ ਵਿਕਾਸ ਕੰਮਾਂ ਲਈ ਲਾਇਆ, ਬਿਨਾਂ ਇਹ ਸੋਚਿਆ ਕਿ ਕੋਈ ਸਰਪੰਚ ਅਕਾਲੀਆਂ ਦਾ ਜਾਂ ਕਿਹੜਾ, ਇੱਕੋ ਅਸੀਂ ਤਾਂ ਇਹ ਸੋਚਿਆ ਵੀ ਪਿੰਡ ਦੇ ਕੰਮ ਹੋਣੇ ਚਾਹੀਦੇ ਨੇ, ਕੋਈ ਸਰਕਾਰ ਦਾ ਮਤਲਬ ਨਹੀਂ ਸੀ। ਪਰ ਇਹ ਜਿਹੜਾ ਸਰਪੰਚ ਹੈ, ਇਹਨਾਂ ਨੇ ਇੱਕ ਸਿਰਫ ਜੋਤਬੰਦੀ ਕਰਕੇ ਹੀ ਕੰਮ ਨਾ ਪਿੰਡ ਦਾ ਹੋਏ, ਇਹਨਾਂ ਦੀ ਬਨਾਮੀ ਹੋਏ, ਇਸ ਕਰਕੇ ਇਹਨਾਂ ਨੇ ਕੰਮ ਰੋਕਣ ਦੇ ਵਾਰਿਆਂ ਨੇ ਇਹ ਕੰਮ ਕਰਿਆ। ਮੇਰੇ ਫਾਦਰ ਸਾਹਿਬ ਦੀ ਸੱਟਾਂ ਲਾਈਆਂ ਜੀ ਕਾਫੀ ਇਹਨਾਂ ਨੇ, ਅਸੀਂ ਤਾਂ ਪਿੰਡ ਦਾ ਚਾਹੁੰਦੇ ਵਿਕਾਸ ਹੋਏ। ਮੈਂ ਉੱਥੇ ਬਿਲਕੁਲ ਹੈ ਨਹੀਂ ਸੀ, ਮੈਂ ਤਾਂ ਜਿਹੜਾ ਫਾਦਰ ਸਾਹਿਬ ਦੀ ਉਮਰ ਕਿੰਨੀ ਹੈ? ਮੇਰੇ ਫਾਦਰ ਸਾਹਿਬ ਦੀ ਉਮਰ ਸੀਨੀਅਰ ਸਿਟੀਜ਼ਨ ਹੈ ਜੀ, ਉਹਨਾਂ ਦੀ ਉਮਰ 70 ਸਾਲ ਦੇ ਕਰੀਬ ਹੈ। ਉਹ ਜਦੋਂ ਉੱਥੇ ਗਏ ਉਹਨਾਂ ਨਾਲ ਗੱਲ ਪੈ ਗਈ, 7-8 ਬੰਦੇ ਨੇ ਰਲ ਕੇ ਨਾ ਗੁੱਟੇ। ਝਗੜਾ ਗਲੀ 'ਚ ਸਵੇਰੇ ਨਰੇਗੇ ਵਾਲੇ ਲੱਗੇ ਸੀ, ਸੈਕਟਰੀ ਲਾ ਕੇ ਗਿਆ ਸੀ ਉਹਨਾਂ ਨੂੰ, ਰਾਤ ਕਹਿ ਗਿਆ ਸਵੇਰੇ ਉਹ ਪੱਟਦੇ ਗਲੀ ਪੱਟ ਕੇ ਦੁਬਾਰਾ ਬਣਾਉਣੀ ਸੀ। ਇਹ ਸਰਪੰਚ ਨੇ ਆ ਕੇ ਉਹਨਾਂ ਨੂੰ ਰੋਕਤਾ ਜੀ ਉੱਥੇ। ਉੱਥੇ ਹੋਰ ਪਿੰਡ ਦੇ ਕਾਫੀ ਬੰਦੇ ਖੜ੍ਹੇ, ਜਨਾਨੀਆਂ ਬੰਦੇ ਕਾਫੀ ਸਨ, ਉਹਨੂੰ ਰੋਕਿਆ। ਉਹ ਸਰਪੰਚ ਨੂੰ ਮੈਂ ਸਮਝਾਇਆ, ਮੈਂ ਗਲੀ ਬਣਦੀ ਬਣਦੇ ਉੱਧਰ ਬਣਦੀ ਇੱਧਰ ਵੀ ਨਾਲ ਬਣ ਜਾਏਗੀ, ਬਾ ਇੰਨੀ ਗੱਲ ਕਹਿਣ ਤੋਂ ਕਹਿੰਦਾ ਤੁਸੀਂ ਕੌਣ ਜੇ, ਕਹਿੰਦਾ ਵੀ ਜੇ ਅੱਖ ਨਾਲ ਮਾਂ ਇੱਕ ਤੈਨੂੰ ਸਮਝਾ ਰਿਹਾ ਗਲੀ ਬਣਦੇ ਵੀ ਨਹੀਂ ਬਣਾਉਣੀ ਤੇਰੀ ਮਰਜ਼ੀ। ਉਹ ਗੜ ਪੈ ਗਿਆ ਜੀ, ਮੇਰੇ 4-5 ਬੰਦੇ ਸੀ ਜੀ। ਕਿਹੜੇ ਬੰਦੇ? ਇੱਕ ਤਾਂ ਗੁਰਬਖਸ਼ਾ ਸੀ ਸਰਪੰਚ ਜੀ, ਇੱਕ ਪਵਿੱਤਰ ਹੈ ਜੀ, ਇੱਕ ਲੱਖਾ ਮੈਂਬਰ ਹੈ ਜੀ, ਇੱਕ ਮੰਟੂ ਹੈ ਮੁੰਡਾ ਜੀ ਤਾਰਾ ਸਿੰਘ ਦਾ ਜੀ।
ਮੇਰੇ ਨਾਲ ਹੀ ਮੈਂ ਉਹ ਪਿੰਡ ਦੇ ਗਲੀ ਵਾਲੇ ਜਿਹਨੇ ਗਲੀ ਬੰਨਦੇ ਸੀ ਉਹ ਰਾਣੀ ਮੈਂ ਦੋਤਾ ਇੱਥੇ ਆਇਆ ਸੀ ਮੈਨੂੰ ਹਸਪਤਾਲ ਲੈ ਕੇ ਜੀ ਮੇਰੇ ਸੱਟ ਲੱਗ ਗਈ ਮੈਨੂੰ ਇੱਥੇ ਛੱਡਣ ਆਇਆ ਸੀ ਮੈਂ ਅੰਦਰ ਐਮਰਜੈਂਸੀ ਵਾਰਡ ਦੇ ਅੰਦਰ ਡਾਕਟਰ ਲੈ ਗਿਆ ਮੈਨੂੰ ਉਹ ਪਿੱਛੇ ਖੜਾ ਸੀ ਉਹਦੇ ਗਲ ਪੈ ਕੇ ਇਕੱਲੇ ਦੇ ਜੀ ਉਹਦੇ ਭੱਜ ਕੇ ਜਾਨ ਬਚਾਈ ਆ ਉਹਦੇ ਕੁੱਟਿਆ ਮਾਰੇ ਕਾਫੀ ਮੋਬਾਇਲ ਖੋਲਿਆ ਜੀ ਉਹਦੇ ਚਲੇ ਇੱਥੇ ਮੈਂ ਫਤਿਹਗੜ੍ਹ ਸਾਹਿਬ ਰਹਿੰਦਾ ਵੈਸੇ ਇੱਥੇ ਨਾਨਕੇ ਆਇਆ ਸੀਗਾ ਮਾਮੇ ਜੀ ਹੋਣਾ ਕੋਲ ਸੁਰ ਇੱਥੇ ਮੈਂ ਆਪਣੇ ਨਾਨਾ ਜੀ ਨੂੰ ਲੈ ਕੇ ਆਇਆ ਸੀ ਜਿੰਦਪਾਲ ਸਿੰਘ ਜੀ ਨੂੰ ਹਸਪਤਾਲ 'ਚ ਦਾਖਲ ਕਰਾਉਣ ਅਤੇ ਬਾਹਰ ਗੱਡੀ ਖੜਾਉਣ ਲੱਗਿਆ ਸੀਗਾ ਅਤੇ ਉਹਨਾਂ ਨੇ ਉਹ ਮੇਰੇ ਮਗਰ ਭੱਜ ਲਏ ਸਾਰੇ ਅਤੇ ਮੈਨੂੰ ਕੁੱਟਿਆ ਕੱਟਿਆ ਅਤੇ ਹੋਰ ਵੀ ਮੇਰਾ ਫੋਨ ਖੋਹ ਕੇ ਲੈ ਗਏ ਅਤੇ ਉਹ ਸਾਰੇ ਜਿੰਨੇ ਵੀ ਸੀਗੇ 15-16 ਜਾਣੇ ਜੀ ਸਾਰੇ ਪਿੱਛੇ ਭੱਜ ਲਏ ਅਤੇ ਕੁੱਟਿਆ ਜੀ ਮੈਨੂੰ ਬਾਏ ਨੇਮ ਤਾਂ ਨਹੀਂ ਜਾਣਦਾ ਜੀ ਵੈਸੇ ਇੱਥੇ ਮੇਰੇ ਨਾਨਕੇ ਨੇ ਤਾਂ ਕਰਕੇ ਦੋ ਪਾਰਟੀਆਂ ਦਾ ਝਗੜਾ ਹੋਇਆ ਆਪਸ 'ਚ ਉਸ ਵੇਲੇ ਦੋਨੋਂ ਪਾਰਟੀਆਂ ਡਿਬੇਟ ਨੇ ਜੋ ਵੀ ਸਟੇਟਮੈਂਟ ਦੇ ਆਧਾਰ 'ਤੇ ਜੋ ਵੀ ਕਾਨੂੰਨ ਕਾਰਵਾਈ ਹੋਈ ਜੋ ਮਰਜ਼ੀ ਜਿਹੜਾ ਮਰਜ਼ੀ ਹੋਵੇ ਅਸੀਂ ਕਾਨੂੰਨ ਅਨੁਸਾਰ ਕਾਰਵਾਈ ਕੀਤਾ ਤੁਸੀਂ ਮੌਕੇ 'ਤੇ ਗਏ ਸਰ ਨਹੀਂ ਸੱਚੋ ਮੌਕੇ 'ਤੇ ਗਿਆ ਅੱਛਾ ਜੀ ਉਹਨਾਂ ਨੇ ਦਿੱਤੀ ਰਿਪੋਰਟ ਸਰ ਤੁਹਾਨੂੰ ਉਹਨਾਂ ਨੇ ਜੋ ਵੀ ਕੰਪਲੇਂਟ ਜਿਹੜੇ ਕੰਪਲੇਂਟ ਨੇ ਦੋਨੋਂ ਡਿਬੇਟ ਨੇ ਦੋਨੋਂ ਡਿਬੇਟ ਨੇ ਜੋ ਸਟੇਟਮੈਂਟ ਲਿਖਾਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਸਰ ਪਾਰਟੀ 'ਚ ਜ਼ਿਆਦਾ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਨਹੀਂ